ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਕ ਮਿਸ਼ਰੀ ਖਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਡਿਪਟੀ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜ਼ੀ ਸੂਈ ਗਾਂ, ਇੱਕ ਗੱਬਨ ਅਤੇ ਇੱਕ ਬੱਚੇ ਦਾ ਬਿਨਾ ਮਾਜ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਦੇ ਕਰੀ ਆਪਣਾ ਜੀ। ਡਿਪਟੀ ਜੀ, ਪਿੰਡ ਚੱਕ ਮਿਸ਼ਰੀ ਖਾਂ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰੀ? 9898875। ਠੀਕ ਹੈ। ਤੇ ਤਿੰਨ ਗਾਵਾਂ, ਫਿਰ ਦੋ ਗਾਵਾਂ ਤੇ ਇੱਕ ਮੱਝ ਨਾ? ਪਹਿਲਾਂ ਮੱਝ ਤੋਂ ਸ਼ੁਰੂਆਤ ਕਰ ਦਈਏ। ਠੀਕ ਹੈ। ਕਿੰਨਾ ਇਹਦੇ ਕੋਲ ਦੁੱਧ? ਦੁੱਧ ਭਾਜੀ 7 ਕਿਲੋ। ਅੱਛਾ, ਪੱਕਾ ਦੁੱਧ ਜਿਹੜਾ ਹੈਗਾ ਨਾ, ਦੁੱਧ ਵੱਧ ਹੀ। ਅੱਛਾ, ਮੇਰੇ ਕੋਲ ਨਾ ਨੇ ਦਿਲ ਜਣੀ ਲਾਇਆ ਮੱਝ ਨੇ। ਅੱਛਾ, ਬਾਹਰ ਜਿਹਨੂੰ ਭਾਈ ਦੀ ਮਾਲ ਜਿਆਦਾ ਜਵਾਈ ਜੇ, ਪਰਸੋਂ ਦੀ ਆਈ ਹੈ ਦੁੱਧ ਤੇ 9 ਕਿਲੋ ਦੇ ਲਾਗੇ ਬੰਨੀ ਹੈਗਾ ਇਹ। ਅੱਛਾ, ਆ ਵੇਲੇ ਬਿੰਦੀਆਂ ਬੁੰਦੀਆਂ ਵਾਲਾ ਬਣਾ ਮੈਂ ਇਹਦਾ। ਠੀਕ ਆ। ਹਾਂਜੀ, ਦੁੱਧ ਤੇ ਭਾਜੀ 9 ਕਿਲੋ ਸੀ ਤੇ ਹੁਣ 7 ਕਿਲੋ ਆਣਾ ਵੀਰ ਮੇਰਾ ਸੌਦਾ ਕਰ ਲੈ। ਚਲੋ ਤੋਰੋ ਫਿਰ। ਹਾਂ, ਮਾਸਾ ਟਾਂ ਟਾਂ ਹੋ ਸਕਦਾ ਜੇ 7 ਤੋਂ। ਠੀਕ ਆ। ਹਾਂਜੀ, ਤੇ ਇਹਦਾ ਫਿਰ ਮੁੱਲ ਭਾਈ ਆਪਣੇ ਉਹਨਾਂ ਦੇ ਪਾਣੀ ਪੂਣੀ ਮਾ ਲੋ ਘੱਟ ਵੱਧ ਹੀ ਪੀਣ ਦੇ ਹੀ ਆ। ਅੱਛਾ, ਜੀ ਜਾਨੀ ਲਾਉਂਦੇ ਡਿੰਗੀ ਜੀ ਜਾਂਦੀ ਆ। ਠੀਕ ਆ। ਸਵੇਰੇ ਪਾਣੀ ਪੀ ਗਈ ਥੋੜਾ ਜਿਹਾ ਤਾਂ। ਅੱਛਾ, ਹਾਂਜੀ, ਦੁੱਧ ਤੇ ਮਾ ਲੋ ਵੱਧ ਹੀ ਮੈਂ ਹਲੇ, ਤੇ ਮਾ ਲੋ ਗਾੜੀ ਬਣੀ ਵੀ ਜੇ ਮੱਝ। ਅੱਛਾ, 40 ਕਿ ਦਿਨਾਂ ਦੀ ਮੱਝ ਬਣੀ ਵੀ ਆ। ਤੇ ਚੈੱਕ ਪਾਸ ਨਹੀਂ ਆ? ਚੈੱਕ ਪਾਸ ਨਹੀਂ ਆ, ਇਸ ਤਰ੍ਹਾਂ ਦੇਣੀ ਆ ਤੇ ਇਸ ਤਰ੍ਹਾਂ ਹੀ ਆਈ ਜੀ। ਤੇ ਕਿੰਨੇ ਦੀ ਦੇਣੀ ਫਿਰ ਆਪਾਂ ਇਹ? ਭਾਜੀ ਮੇਰਾ ਇਰਾਦਾ ਦੇ ਦਈਏ ਅੱਜ 60,000 ਦੀ ਮੈਂ। 60,000 ਦੀ? ਹਾਂਜੀ। ਵਿੱਕੀ ਭਾਈ, ਇਹ ਵੇਚਣੀ ਕਿ ਨਹੀਂ ਹੈ? ਨਹੀਂ ਵੇਚਣੀ ਆ ਭਾਈ, ਬੋਲ ਬੜਾ ਕਰਦੇ ਵੀ ਜੀ, ਵੀਡੀਓ ਤਾਂ ਸਾਰੇ ਹੀ ਨਹੀਂ। ਅੱਛਾ, ਹਾਂਜੀ, ਝੋਟੀ ਵੀਰ ਜੀ, ਝੋਟੀ ਮੈਂ ਚੰਗੀ ਜੀ ਵੈਸੇ। ਤਾਂ ਵੇਚਣ ਵਾਲੀ ਗੱਲ ਕਰੋ ਤੁਸੀਂ। 5 ਛੱਡ ਦਈਏ ਵੀਰ ਜੀ? ਅੱਛਾ, ਜੈਸ ਨੋ ਕਰ ਦਿਓ, ਬਿਲਕੁਲ ਜੈਸ ਨੋ ਹੀ ਕਰਦੇ। ਜੈਸ ਨੋ ਵੀਰ ਜੀ, 53,000। ਅੱਛਾ, 53,000 ਦੀ ਦੇ ਦੋਗੇ, ਬਾਕੀ ਮੌਕੇ ਤੇ ਮਾਤਾ ਨੂੰ ਦਾਂਗੇ ਭਾਈ 2,000। ਅੱਛਾ, 51,000 ਦੀ ਦੇ ਦੋ। 51,000 ਦੀ ਭਾਈ ਦੇ ਦਾਂ, ਕੋਈ ਗੱਲ ਨਹੀਂ, ਬਾਕੀ ਝੋਟੀ ਬਾਕੀ ਉਹ ਤਾਂ ਰਹਿ ਗਿਆ ਕਿ ਕੱਦ ਕਾਠ ਦੀ ਚੰਗੀ ਆ, ਥੱਲਿਆਂ ਵਿੱਚ ਚਲਾ ਸਫਾਈ ਜੇ ਜੀ, ਸਫਾਈ ਬੜੀ ਆ, ਚੋਣ ਬੜੀ ਪੋਲੀ ਜੀ। ਹਾਂਜੀ ਹਾਂਜੀ, ਤੇ ਉੱਥੇ ਮੰਨ ਲਓ ਪਹਾੜੇ ਵਿੱਚ ਹੋਈ ਆ। ਅੱਛਾ, ਇੱਥੇ ਮੰਨ ਲਓ ਇੱਕ ਦਿਨ ਟੀਕਾ ਲਵਾਇਆ ਆਪਣੇ ਕੋਲ। ਅੱਛਾ, ਤੇ ਹੁਣ ਪਹਾੜੇ ਤੇ ਹੁੰਦੀ ਝੋਟੀ? ਠੀਕ ਆ। ਕਿਸੇ ਵੇਲੇ ਲਵਾ ਲੈਂਦੀ, ਕਿਸੇ ਵੇਲੇ ਪਹਾੜੇ ਤੇ ਮਿਲ ਪੈਂਦੀ ਆ। ਠੀਕ ਆ ਜੀ, ਹੱਲਦੀ ਨਹੀਂ ਟੀਕਾ ਲਾ ਕੇ। ਠੀਕ ਆ, ਤੇ ਹੁਣ ਇੱਕ ਤਾਜੀ ਸੋਈ ਗਾਂ ਦਿਖਾ ਦਈਏ। ਇਹੋ ਖਾ ਲਓ ਭਾਵੇਂ, ਆਹ ਖਾ ਲਓ। ਚਲੋ ਪਹਿਲਾਂ ਫਿਰ ਆਹੀ ਦਿਖਾ ਦਈਏ। ਇਹੋ ਖਾ ਲਓ। ਇਹ ਗੱਬਨ ਜੀ? ਨਹੀਂ ਭਾਜੀ, ਗੱਬਨ ਜੀ। ਅੱਛਾ, ਇਹ ਤੋਕੜੀ ਹੈ। ਅੱਛਾ, ਇਹ ਤੋਕੜੀ ਆ। ਹਾਂਜੀ, ਇਹ ਭਾਜੀ ਇਹ ਸਾਰੀ 2.5 ਮਹੀਨੇ ਸਹੀ ਗਾ, ਇੱਕ ਘਰੋਂ ਜੋੜਾ ਲਿਆ ਆਪਾਂ। ਅੱਛਾ, ਆ ਵੇਖੋ ਚਵਾ ਇਹਦਾ, ਆ ਲੈ ਖਾਂਦੇ। ਠੀਕ ਆ। ਤੇ ਇਹਦੇ ਕੋ ਦੁੱਧ ਕਿੰਨਾ? ਦੁੱਧ ਭਾਜੀ ਇਹਦੇ ਕੋ ਵੀ 7 ਕਿਲੋ ਹੀ ਜਿੰਨਾ ਮੈਂ ਥਲੇ ਆ। ਅੱਛਾ, ਪੱਕਾ ਦੁੱਧ 7 ਕਿਲੋ ਆ, ਝੱਗ ਮਾਰ ਕੇ। ਅੱਛਾ, ਤੇ ਬਾਕੀ ਦੁੱਧ ਇਹ 9-10 ਕਿਲੋ ਹੀ ਮਤਲਬ ਗਾਂ ਕਰ ਜੂਗੀ। ਅੱਛਾ, ਹਾਂ, ਸਾਰੀ 2.5 ਮਹੀਨੇ ਦੀ ਗਾਂ ਸੂਈ ਆ, ਸਾਰਾ ਸਬੂਤ ਆਪਣੇ ਕੋਲ। ਬਾਕੀ ਇਹ ਆ ਵੀ ਦੁੱਧ ਸੰਘਣਾ ਹੁੰਦਾ ਇਹੋ ਜਿਹੀਆਂ ਗਾਵਾਂ ਦਾ? ਸੰਘਣਾ ਹੁੰਦਾ ਇੱਕ, ਪਤਾ ਗੱਲ ਆ ਕਿ ਕਾਰੋਬਾਰੀ ਵੀਰ ਕੋਲ ਲਈ ਆਪਾਂ ਇਹ। ਅੱਛਾ, ਤੇ ਮਨ ਨੂੰ ਨਵਾਂ ਉਹਦਾ ਕੰਮ ਹੀ, ਤੇ ਮਨ ਬੱਚਾ ਮਰ ਗਿਆ, ਮੁੜਕੇ ਨੇ ਵੇਚੀ, 2-2.5 ਮਹੀਨੇ ਹੋ ਗਏ ਆ, ਤੇ ਆਪਾਂ ਰਾਤੀ ਲਿਆਂਦੀ ਜੀ। ਚਲੋ ਖੋਲੋ ਫਿਰ ਤੋੜ ਦੀ, ਇਹਨਾਂ ਚਿਰ ਹੋਇਆ ਸੋਈ ਨੂੰ, ਬਾਕੀ ਆ ਵੇ ਲੋ ਐ ਪੂਰੀ ਜਿਹੜਾ ਜਿਹੜਾ ਹਰਿਆ ਵਾ। ਦੁੱਧ ਜਿਹੜਾ 7 ਕਿਲੋ ਹੀ ਦੱਸਦੇ ਇਹਦੇ ਕੋਲ,
ਲੈ ਜਾ ਲੈ ਜਾ ਕੋਈ ਨੀ। ਤੇ ਤੱਕ ਭਾਈ ਥੋੜੀ ਗਾਰ ਦੇ ਸਾਰੇ ਨੁੱਚੜ ਜਾਂਦੀ ਲੈ। ਹਾਂ ਤੋਂ ਓਕੇ ਪੂਰੇ ਓਕੇ 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 ਠੀਕ ਹੈ। ਹਾਂਜੀ ਆਹ ਹੋਈ ਤਰ੍ਹਾਂ ਬੈਜੋ ਬਾਈ। ਤੇ ਇਹਦਾ ਫਿਰ ਕਿੰਨਾ ਕੁ ਮੁੱਲ ਹੈ? ਕੋਣਾ ਰੱਸੀ ਨਹੀਂ ਪਾਉਂਦਾ। ਹਾਂਜੀ ਇਹਦਾ ਮੁੱਲ ਹੈ 16000 ਜੀ। 16000 ਹੈ ਹਾਂਜੀ। ਵਿੱਚ ਕਰਨਾ ਘੁਮਾਤਾ ਦੋ ਹੀ ਛੱਡਦੀ ਇਹਦਾ। ਅੱਛਾ 14000 ਦੀ ਦੇ ਦੋ। 14000 ਦੀ ਦੇ। ਛੋੜ ਛੱਡ ਕਰ ਦੇ ਮੁੱਕੇ ਦੇ ਹੁਣ। ਭਾਜੀ 12000 ਦੀ ਹਾਂ ਨਾ ਹੋ ਜੀ। ਅੱਛਾ 12000 ਦੀ ਜੱਸ। ਬਾਕੀ ਪਤਾ ਹੈ ਗੱਲ ਹੈ ਜੇ ਦੋ ਦਿਨ ਸਾਹਮਣੇ ਤੇ ਦੁੱਧ 10 ਕਿਲੋ ਕਰਨਾ ਜਿੰਨੀ ਚਵਾਈ ਲੱਗੀ ਹੈ। ਠੀਕ ਹੈ। ਬਾਕੀ ਇੱਕ ਦੋ ਦਿਨ ਕੋਈ ਸਾਹਮ ਲੂਣਾ ਤੇ ਗਾਂ ਦੀ ਦੁੱਧ 9-10 ਕਿਲੋ ਨਾ ਚਵਾਉ ਤੇ ਫਿਰ ਕਰ ਲਵਾਂਗੇ। ਠੀਕ ਹੈ। ਤੇ ਹੁਣ ਇੱਕ ਆ ਬਿਲਕੁਲ ਤਾਜ਼ੀ ਸੂਈ ਹੈ ਨਾ। ਇਹ ਭਾਜੀ ਆਪਣੇ ਆ ਸੂਈ ਜੀ। ਤੇ ਮਗਰ ਵੀ ਵਸ਼ੀ ਆ। ਵਸ਼ੀ ਜੀ ਮਗਰ ਜੀ। ਕਾਫੀ ਖੂਬਸੂਰਤ ਆ। ਕਿੰਨੇ ਦਿਨ ਹੋ ਗਏ ਇਹਨਾਂ ਸੂਈ ਨਾ? ਇਹ ਭਾਜੀ ਪਰਸੋਂ ਦੀ ਸੂਈ ਹੈਗਾ। ਪਰਸੋਂ ਦੀ ਸੂਈ ਆ। ਜਿਆਦਾ ਨਹੀਂ ਆ। ਇਹ ਤੇ ਬੋਲਾ ਹੀ ਹੋਣਾ ਤੇ। ਬੋਲਾ ਹੀ ਭਾਜੀ ਅਜੇ। ਮੰਨ ਲਓ ਬੋਲਾ ਭਾਜੀ ਹੈਗਾ ਇਹਦੇ ਲਈ 8 ਲੀਟਰ। ਅੱਛਾ। ਮੰਨ ਲਓ ਆਪਾਂ ਦੇ ਲਈ ਇਹ ਚੌਂਜ। ਅੱਛਾ। ਚੱਲ ਨਿਕਲਾਈ ਭਾਜੀ ਗਾਂ। ਅੱਛਾ ਇੱਕ ਥਣ ਨਹੀਂ ਚੱਲਦਾ ਇਹਦਾ। ਥਣ ਨਹੀਂ ਚੱਲਣ ਵਾਲਾ। ਠੀਕ ਆ। ਹਾਂ ਨਾ। ਮਗਰਲਾ ਥਣ ਨਹੀਂ ਹੈ ਕਿ ਚੱਲ ਬੱਚਾ ਲਾ ਕੇ ਜਿਹੜੀ ਕਿੰਦਗੀ ਦਿਖਾ ਦਈਏ। ਆ ਲੈ ਸਾਦੇ। ਅਸੀਂ ਨਹੀਂ ਭਾਜੀ ਇਹਨੂੰ ਬੋਲ। ਅੱਛਾ। ਤਾਜ਼ਾ ਹੀ ਬੱਚਾ ਆ ਜਿਹੜਾ। ਤਾਜ਼ਾ ਨਾ ਰੋ। ਪਰਸੋਂ ਹੋਈ ਹੈ। ਆ ਦੇਖ ਸਾਦੇ ਚੋ ਆ ਹੈ ਇਹਦਾ। ਤੇ ਉੱਚੋ ਵੀ ਇਹਦੀ ਕੋਈ ਧਾਰ ਨਹੀਂ ਹੁੰਦੀ ਉਹ ਵਾਲੇ ਥਾਂ 'ਚ। ਨਹੀਂ ਭਾਜੀ। ਉਹ ਚੋਣਾ ਉਹ ਟਿੱਪ ਕੇ ਲਿਆਂਦੀ ਆ। ਅੱਛਾ। ਇਹ ਮੰਨ ਲਓ ਅੱਜ ਤੀਜਾ ਚੌਥਾ ਦਿਨ ਹੋਇਆ ਆਪਣੇ ਚੌਥਾ ਦਿਨ ਹੈਗਾ ਲਿਆਂਦੀ ਆ। ਅੱਛਾ। ਟਿੱਪ ਕੇ ਲਿਆਂਦੀ ਭਾਜੀ ਉਹ ਚੋਣਾ ਆਇਆ ਦੁੱਧ। ਅੱਛਾ। ਤੇ ਹੁਣ ਭਾਜੀ ਪਤਾ ਨਹੀਂ ਗੱਲ ਚੱਲਿਆ ਨਹੀਂ ਪਤਾ ਨਹੀਂ ਕੀ ਬਣਿਆ। ਹੁਣ ਕੁਝ ਵੀ ਨਹੀਂ ਹੁੰਦਾ। ਹਾਂ ਹੁਣ ਨਹੀਂ ਕੁਝ ਨਾ ਤਿੰਨਾਂ ਸਾਲਾਂ 'ਚ ਬਾਕੀ ਓਕੇ ਹੈਗਾ। ਤੇ ਉੱਤਰ ਇਹ ਕਿੰਨਾ ਕਿ ਦੁੱਧ ਚਵਾਈ ਜਾਊਗੀ? ਦੁੱਧ ਭਾਜੀ 11-12 ਕਿਲੋ ਤਾਂ ਨਹੀਂ ਮਰਦੀ ਜਾ। ਅੱਛਾ। ਹਾਂਜੀ ਚਵਾਈ ਜਿਹੀ ਨਹੀਂ ਲੱਗੀ। ਤੋਰੋ ਫਿਰ ਇਹਨੂੰ। ਬੜਾ ਸੋਹਣਾ ਆਇਆ। ਇਹ ਭਾਜੀ ਮਤਲਬ ਵੇਚਣ ਨੂੰ ਨਹੀਂ ਸੀ ਬੈਠ ਲੈਂਦੀ। ਅੱਛਾ। ਇਹ ਕ੍ਰੋਸ ਬੈਠ ਹੀ ਕਿਹਾ ਚੱਲ ਘਰੇ ਘਰੇ ਚੋਲਾਂਗੇ ਇਹਨੂੰ। ਅੱਛਾ। ਨਾਲ ਇੱਕ ਸੋਹਣੀ ਲੱਗਦੀ ਕਾਲੀ ਲੱਗਦੀ। ਇੱਕ ਇਹ ਹੈ ਕ੍ਰੋਸ ਆ ਤੇ ਹੈ ਡੱਬੇ ਰੰਗ ਦੀ। ਬੱਚੀ ਭਾਜੀ ਵੇਖ ਲਓ ਸੇਮ ਬੱਚੀ ਦਿੱਤੀ ਇਹਨੇ। ਹਾਂਜੀ ਹਾਂਜੀ। ਆ ਵੇਖ ਲਓ। ਤੇ ਬਾਕੀ ਆਏਗਾ ਚੱਲ ਹੁਣ ਭਾਜੀ ਵੇਚ ਦੇ ਦਿਨੇ ਆ ਤਿਲਣ ਨਿਕਲਾਈ। ਚਲੋ ਫਿਰ ਤੋੜ ਦੋ। ਆ ਗਿਆ ਕਿ ਭਾਜੀ ਵੇਚ ਲੈਣ। ਚਲੋ ਫਿਰ ਹੁਣ ਉਸ ਹਾਵ ਨਾਲ ਮੁੱਲ ਹੋ ਜਾਊਗਾ ਇਹਦਾ। ਕੋਈ ਗੱਲ ਨਹੀਂ ਭਾਜੀ ਕੱਟ ਵਧਾ ਕੇ ਦੇ ਦਾਂਗੇ ਅੱਜ ਕਈ। ਓਏ। ਚਾ। ਬਾਕੀ ਉੱਤਰ ਰਹਿ ਕੇ ਥੱਲਿਓਂ ਚੰਗੀ ਬਣੀ ਆ। ਅੱਛਾ ਤੇ ਮੁੱਲ ਇਹਦਾ ਫਿਰ? ਮੁੱਲ ਭਾਜੀ ਵਿੱਕੀ ਹੋ ਕਰਾਓ ਅੱਜ। ਇਹ ਵਿੱਕੀ ਨੇ ਲਈ। ਕਿੰਨਾ ਵਿੱਕੀ ਭਾਜੀ? ਚੰਗੀ ਤੁਸੀਂ ਗਾਂ ਲਿਆਂਦੀ ਜੇ ਤਿੱਲੜੀ ਲਿਆਂਦੀ ਜੇ। ਮੁੱਲ ਵੀਰ ਜੀ ਚਲੋ ਉੱਥੇ ਆ ਵੀਰ ਜੀ ਕਹਿੰਦੇ ਵੀ ਵੀਰਾਂ ਦਾ ਵੀ ਇੱਥੇ ਜੇ ਟਿੱਪ ਕੇ ਵੇਖ ਲਓ। ਅੱਛਾ ਇਹਦਾ ਟਿੱਪ ਲੈਨੇ ਆ। ਅੱਛਾ ਉਹਨਾਂ ਵੀਰ ਜੀ ਉੱਥੇ ਟਿੱਪੀ ਉੱਥੇ ਸਭ ਕੁਝ ਐਨ ਸਹੀ ਆ ਸ਼ਾਇਦ। ਅੱਛਾ ਸ਼ਾਇਦ ਆ ਵੀਰ ਜੀ ਸਹੀ ਆ ਬੋਲਾ ਭੰਨੇ ਹਦਾ। ਠੀਕ ਹੈ ਪੂਰਾ ਵਧੀਆ ਹੈ ਪਰ ਵੀਰ ਜੀ ਇਹ ਵਾਪਰੀਆਂ ਖਲਾਇਨ। ਚਲੋ ਕਈ ਹੋਈ ਕਿਸਮਤ ਦੀਆਂ ਗੱਲਾਂ ਹੋ ਜਾਂਦੀਆਂ। ਤੇ ਕੀ ਫਿਰ ਇਹਦਾ ਮੁੱਲ? 5000 ਦੀ ਦੇ ਦਈਏ ਵੀਰ ਜੀ। 5000 ਚੋਂ ਕਰੀਏ ਕਮਾਤਾਂ ਨੇ। ਮੈਂ ਭਾਈ ਕਿੰਨੇ ਦੀ ਆ? ਮੈਂ ਤਾਂ ਤੁਹਾਨੂੰ ਵੀ ਪਤਾ 40-41000 ਦੀ ਆ। ਚਲੋ ਆਪ ਹੀ ਜੱਸ ਨੂੰ ਕਰ ਦੋ ਫਿਰ। ਇਹ ਭਾਜੀ 22000 ਦੀ ਵੈਟ ਦੇ ਦਿੱਤੀ। 22000 ਦੀ ਪੂਰੇ 21 ਦੇ ਦਾਂਗੇ। ਅੱਛਾ 21000 ਦੀ 20000 ਦੀ ਕਰ ਦੇ ਨਾਲ ਕੋਈ ਗੱਲ ਨਹੀਂ। ਠੀਕ ਆ। ਬਾਕੀ ਵੀ ਜੀ ਹਰ ਵੀਡੀਓ 'ਚ ਅਸੀਂ ਇਹੋ ਗੱਲ ਕਹਿੰਦੇ ਆ ਕਿ ਇੱਥੇ ਆਵੇ ਜਿਹੜਾ ਬੰਦਾ ਸਾਡੇ ਘਰ ਬਹਿ ਜਾਂਦਾ ਥੱਲੇ ਆਣ ਕੇ ਡੰਗਰ ਤੇ ਸਾਡੀ ਗਾਰੰਟੀ ਉਹਦੀ ਕੋਈ ਨਹੀਂ। ਠੀਕ ਆ। ਜਿਹੜੇ ਵੀਰ ਜੀ ਫੋਨ ਤੇ ਮੰਗਾਉਂਦੇ ਉਹਨਾਂ ਦੀ ਸਾਡੀ ਗਾਰੰਟੀ ਹੋਊਗੀ। ਠੀਕ ਆ। ਹਾਂਜੀ ਬਾਕੀ ਇਹ ਆ ਕਿ ਅਸੀਂ ਤਾਂ ਕਿੰਨੇ ਫੋਨ ਤੇ ਬਣਾ ਮੰਗਾਓ ਆਣ ਕੇ ਵੇਖੋ ਪੈਸੇ ਦੇਣੇ ਆਪਣੀ ਤਸੱਲੀ ਕਰਕੇ ਤੇ ਨਹੀਂ ਤਾਂ ਵੀਡੀਓ ਕਾਲ ਦੇ ਚਵਾ ਕੇ ਤਸੱਲੀ ਕਰਕੇ ਖੜੋ। ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪੁੱਛ ਲਿਆ ਕਰੋ। ਸਾਹਮਣਾ 31000 ਦੀ ਵੈੜ ਲਈ ਆ। ਅੱਛਾ ਇੱਥੋਂ ਲਈ 1000 ਨੂੰ ਖਰਚਾ ਪਿਆ ਹੈ। ਠੀਕ ਹੈ। ਕਾਫੀ ਸਾਨੂੰ ਮੰਨ ਲਓ ਵੈੜ ਰੋਟੀ ਵੀ ਦਿੰਦੀ ਜੇ ਚਾਰੇ ਥਾਂ ਨਿਕਲਣ ਦੇ ਦੇ। ਹਾਂਜੀ 2000 ਦਿੰਦੀ ਸੀ। ਹਾਂਜੀ ਭਾਜੀ ਚਲੋ ਕੋਈ ਗੱਲ ਨਹੀਂ 6-7000 ਡਾਉਂਦੀ ਤੇ ਕੋਈ ਗੱਲ ਨਹੀਂ। ਚਲੋ ਇਹ ਚੱਲਦੇ ਰਹਿੰਦੇ ਵਾਧੇ ਘਾਟੇ ਉੱਪਰ ਥੱਲੇ। ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖੋ ਜੀ।
ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।